ਸਤ ਸ੍ਰੀ ਅਕਾਲ ਸਾਰਿਆਂ ਨੂੰ ਮਾਸਟਰ ਕੈਡਰ ਯੂਨੀਅਨ ਚੈਨਲ ਤੇ ਤੁਹਾਡਾ ਸਵਾਗਤ ਹੈ ਵੀਡੀਓ ਦੇ ਵਿੱਚ ਗੱਲ ਕਰਾਂਗੇ ਈਟੀਟੀ 5994 ਭਰਤੀ ਨਾਲ ਸੰਬੰਧਿਤ ਇੱਕ ਵੱਡੀ ਅਪਡੇਟ ਬਾਰੇ ਜਿਵੇਂ ਕਿ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਅੱਜ ਈਟੀਟੀ 5994 ਭਰਤੀ ਨਾਲ ਸੰਬੰਧਿਤ ਜੋ ਪੰਜਾਬੀ ਦਾ ਏ ਪੇਪਰ ਲਿਆ ਗਿਆ ਸੀ ਤਾਂ ਉਸ ਦੇ ਸੰਬੰਧ ਦੇ ਵਿੱਚ ਇੱਕ ਵੱਡੀ ਅਪਡੇਟ ਇਹ ਆ ਰਹੀ ਹੈ ਕਿ ਉਸ ਦੇ ਵਿੱਚ 4000 ਬੰਦੇ ਨੇ ਜਿਹੜਾ ਪੇਪਰ ਨਹੀਂ ਦਿੱਤਾ ਅਪਲਾਈ ਕਰਨ ਦੇ ਬਾਵਜੂਦ 4000 ਬੰਦਾ ਪੇਪਰ ਕਰਨ ਉੱਥੇ ਨਹੀਂ ਪਹੁੰਚਿਆ ਉਹ ਸਾਰੀ ਜਾਣਕਾਰੀ ਤੁਹਾਨੂੰ ਆਪਾਂ ਇਸ ਵੀਡੀਓ ਦੇ ਵਿੱਚ ਦੇਵਾਂਗੇ ਉਹਦੇ ਨਾਲ ਜਿਹੜਾ ਕੱਟਆਫ ਨੂੰ ਕੀ ਫਰਕ ਪਊਗਾ ਮੈਰਿਟ ਡਾਊਨ ਜਾਊਗੀ ਜਾਂ ਕੋਈ ਫਰਕ ਨਹੀਂ ਪੈਂਦਾ ਇਸ ਕਰਕੇ ਜਿਹੜੇ-ਜਿਹੜੇ ਸਾਥੀ ਈਟੀਟੀ 9894 ਭਰਤੀ ਨਾਲ ਸੰਬੰਧਿਤ ਨੇ ਜੋ ਅੱਜ ਪੇਪਰ ਦੇ ਕੇ ਆਏ ਨੇ ਜਾਂ ਜਿਨ੍ਹਾਂ ਨੂੰ ਲੱਗਦਾ ਕਿ ਸਾਡਾ ਨੰਬਰ ਹੈ ਜਿਹੜਾ 9894 ਭਰਤੀ ਵਿੱਚ ਆਊਗਾ ਉਹ ਇਸ ਵੀਡੀਓ ਨੂੰ ਅਖੀਰ ਤੱਕ ਜਿਹੜਾ ਧਿਆਨ ਨਾਲ ਸੁਣਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਅਪਡੇਟ ਜਿਹੜੀ ਉਹ ਸਾਰੇ ਸਾਥੀਆਂ ਤੱਕ ਪਹੁੰਚ ਸਕੇ ਤੇ ਨਾਲ ਹੀ ਜਿਹੜੇ ਸਾਥੀ ਚੈਨਲ ਤੇ ਨਵੇਂ ਆ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹ ਚੈਨਲ ਵੀ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਪ੍ਰੈਸ ਕਰ ਦਿਓ ਤਾਂ ਕਿ 9594 ਅਤੇ 23 ਜੌਂਡ ਭਰਤੀ ਦੀ ਕੋਈ ਵੀ ਡਿਪਾਰਟਮੈਂਟ ਵੱਲੋਂ ਅਪਡੇਟ ਆਉਂਦੀ ਹੈ ਉਹਦੀ ਹਰ ਇੱਕ ਅਪਡੇਟ ਆ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਸਕੇ ਅਤੇ ਨਾਲ ਹੀ ਤੁਸੀਂ ਆਪਣੇ ਆਪਣੇ ਜਿਹੜੇ ਨੰਬਰ ਨੇ ਤੁਹਾਡੇ ਕਿਹੜੇ ਪੇਪਰ B ਦੇ ਵਿੱਚੋਂ ਤੁਹਾਡੇ ਕਿੰਨੇ ਨੰਬਰ ਬਣਿਆ ਤੇ ਅੱਜ ਦੇ ਅਨਸਰ ਕੀ ਲਾਉਣ ਤੋਂ ਬਾਅਦ ਕਿ ਤੁਹਾਡਾ ਪੇਪਰ ਇਹ ਜਿਹੜਾ ਕੁਆਲੀਫਾਈ ਹੋ ਜਾਊਗਾ ਤਾਂ ਕਿ ਪਤਾ ਲੱਗ ਸਕੇ ਕਿ ਹੁਣ ਮੈਰਿਟ ਅਪ ਡਾਊਨ ਕਿੰਨੀ ਕੁ ਜਾ ਸਕਦੀ ਹੈ ਕਿਉਂਕਿ ਮੈਰਿਟ ਦੇ ਵਿੱਚ ਕਾਫੀ ਫੇਰ ਬਦਲ ਹੋਣਾਗਾ ਜਿਵੇਂ ਕਿ ਪਹਿਲਾਂ ਕਾਫੀ ਸਾਥੀਆਂ ਦੇ ਜਿਹੜਾ ਨੰਬਰ ਪੇਪਰ ਏ ਪਾਸ ਨਹੀਂ ਸੀਗਾ ਤਾਂ ਹੁਣ ਉਹਨਾਂ ਦਾ ਪੇਪਰ ਏ ਵਧੀਆ ਸੌਖਾ ਹੋਣ ਕਰਕੇ ਪਾਸ ਹੋ ਜਾਊਗਾ ਇਸ ਕਰਕੇ ਸਾਰੇ ਸਾਥੀਆਂ ਨੇ ਆਪਣੇ ਆਪਣੇ ਨੰਬਰ ਜਿਹੜੇ ਜਰੂਰ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰਿਓ ਤਾਂ ਹੁਣ ਆਪਾਂ ਗੱਲਬਾਤ ਕਰਦੇ ਹਾਂ ਜਿਹੜਾ 4000 ਬੰਦਾ ਪੇਪਰ ਦੇਣ ਨਹੀਂ ਗਿਆ ਈਟੀਟੀ 5994 ਭਰਤੀ ਦਾ ਪੇਪਰ ਹੈ ਜਿਵੇਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਿ ATT 5994 ਭਰਤੀਆਂ ਲਈ ਕੁੱਲ 15205 ਬੰਦਿਆਂ ਨੇ ਜਿਹੜਾ ਜਿਹੜਾ ਉਮੀਦਵਾਰਾਂ ਨੇ ਅੱਜ ਦਾ ਪੇਪਰ ਹੈ ਜਿਹੜਾ ਦਿੱਤਾਗਾ ਇਹਦੇ ਵਿੱਚ ਜਿਹੜਾ ਕੁੱਲ ਕਿੰਨੇ ਬੰਦਿਆਂ ਨੇ ਅਪਲਾਈ ਕੀਤਾ ਸੀ ਉਹ ਅਸੀਂ ਤੁਹਾਨੂੰ ਦੱਸਦੇ ਆ 5994 ਭਰਤੀ ਦੇ ਵਿੱਚ 19832 ਬੰਦਿਆਂ ਨੇ ਅਪਲਾਈ ਕੀਤਾ ਸੀ ਤਾਂ ਇਹਦੇ ਵਿੱਚੋਂ 19800 ਦੇ ਵਿੱਚੋਂ 15200 ਬੰਦੇ ਨੇ ਪੇਪਰ ਦਿੱਤਾ ਯਾਨੀ ਕਿ 4600 ਬੰਦੇ ਨੇ ਅੱਜ ਦਾ ਜਿਹੜਾ ਪੇਪਰ ਹੈ ਉਹ ਨਹੀਂ ਦਿੱਤਾ ਤਾਂ ਇਹ ਕੌਣ ਕੌਣ ਹੈ ਉਹ ਉਮੀਦਵਾਰ ਨੇ ਜਿਨ੍ਹਾਂ ਨੇ ਅੱਜ ਦਾ ਪੇਪਰ ਨਹੀਂ ਦਿੱਤਾ ਹਾਲਾਂਕਿ ਉਹਨਾਂ ਵੱਲੋਂ ਅਪਲਾਈ ਕੀਤਾ ਗਿਆ ਸੀਗਾ ਤਾਂ ਪਹਿਲਾਂ ਤੁਹਾਨੂੰ ਮੈਂ ਇੱਕ ਪੂਰੀ ਖ਼ਬਰ ਪੜ੍ਹ ਕੇ ਸੁਣਾ ਦਿੰਦਾ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਦੇ ਵੱਲੋਂ 8994 ਭਰਤੀਆਂ ਦੇ ਵਿੱਚ ਅੱਜ ਜਿਹੜਾ ਪ੍ਰੀਖਿਆ ਦਾ ਪੇਪਰ ਲਿਆ ਗਿਆ ਸੀ ਉਹਦੇ ਵਿੱਚ 15200 ਵਿਦਿਆਰਥੀ ਨੇ ਜਿਹੜਾ ਭਾਗ ਲਿਆ ਇਸ ਸਬੰਧੀ ਜਾਣਕਾਰੀ ਦਿੰਦੇ ਆ ਪੰਜਾਬ ਸਕੂਲ ਸਿੱਖਿਆ ਦੇ ਬੁਲਾਰੇ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਦੇ ਵੱਲੋਂ 8994 ਪ੍ਰੀਖਿਆ ਲਈ ਕੁੱਲ 19832 ਬੰਦਿਆਂ ਨੇ ਅਪਲਾਈ ਕੀਤਾ ਸੀ ਬਲਾਰੇ ਨੇ ਦੱਸਿਆ ਕਿ ਪ੍ਰੀਖਿਆ ਦੌਰਾਨ ਦੋ ਸ਼ੱਕੀ ਉਮੀਦਵਾਰਾਂ ਨੂੰ ਫੜਿਆ ਗਿਆ ਜਿਨ੍ਹਾਂ ਵਿਰੁੱਧ ਪੁਲਿਸ ਕਾਰਵਾਈ ਅਮਲੀ ਰੂਪ ਵਿੱਚ ਲਿਆਂਦੀ ਗਈ ਹੈ ਉਕਤ ਉਮੀਦਵਾਰਾਂ ਲਈ ਚੰਡੀਗੜ੍ਹ ਤੇ ਮਹਾਲੀ ਵਿਖੇ ਕੁੱਲ 56 ਸੈਂਟਰ ਜਿਹੜੇ ਉਹ ਬਣੇ ਸੀ ਜਾਨੀ ਕਿ ਦੋ ਸ਼ੱਕੀ ਉਮੀਦਵਾਰਾਂ ਨੂੰ ਵੀ ਫੜਿਆ ਗਿਆ ਜਿਨ੍ਹਾਂ ਹਲੇ ਆਪਾਂ ਨੂੰ ਇਹਦੀ ਪੂਰੀ ਜਾਣਕਾਰੀ ਨਹੀਂ ਕਿ ਉਹ ਗਲਤ ਜਗ੍ਹਾ ਤੇ ਬੈਠੇ ਸੀ ਜਾਂ ਉਹਨਾਂ ਵੱਲੋਂ ਕੋਈ ਯੂਜ਼ ਕੀਤਾ ਜਾ ਰਸੀ ਕੋਈ ਬਲੂਟੁੱਥ ਕੋਈ ਫੋਨ ਜਾਂ ਕੁਝ ਵੀ ਉਹਨਾਂ ਕੋਲੇ ਕੋਈ ਇਦਾਂ ਦਾ ਹੈਗਾ ਸੀ ਸਿਸਟਮ ਜਿਹੜੇ ਫੜੇ ਨੇ ਤੇ ਪੁਲਿਸ ਨੇ ਉਹਨਾਂ ਵਿਰੁੱਧ ਕਾਰਵਾਈ ਜਿਹੜੀ ਸਟਾਰਟ ਕਰ ਦਿੱਤੀ ਗਈ ਹੈ ਤਾਂ ਹੁਣ ਉਹ 4600 ਬੰਦਾ ਕੌਣ ਆ ਜਿਨ੍ਹਾਂ ਨੇ 5994 ਭਰਤੀ ਦਾ ਪੇਪਰ ਜਿਹੜਾ ਨਹੀਂ ਦਿੱਤਾ ਤੇ ਕਿਉਂ ਨਹੀਂ ਦਿੱਤਾ ਤੇ ਉਹਦੇ ਨਾਲ ਮੈਟ ਨੂੰ ਕੀ ਫਰਕ ਪਊਗਾ ਹੁਣ ਆਪਾਂ ਇਹਦੀ ਗੱਲਬਾਤ ਕਰਦੇ ਆ ਜਿਵੇਂ ਕਿ ਤੁਹਾਨੂੰ ਪਤਾ ਕਿ ਟੋਟਲ 5994 ਪੋਸਟਾਂ ਨੇ ਤਾਂ 5994 ਪੋਸਟਾਂ ਦੇ ਲਈ 5994 ਉਮੀਦਵਾਰ ਹੀ ਸਿਲੈਕਟ ਹੋਣਗੇ ਤਾਂ ਇਹ ਜਿਹੜਾ 4600 ਬੰਦਾ ਉਹ ਬੰਦਾ ਇਹ ਹੋ ਸਕਦਾ ਜਿਨ੍ਹਾਂ ਦੇ ਨੰਬਰ ਕਾਫੀ ਜ਼ਿਆਦਾ ਘੱਟ ਸੀ ਜਿਨ੍ਹਾਂ ਦਾ ਸਪੋਜ਼ ਕਰੋ ਪੰਜਾਬੀ ਇਹ ਪੇਪਰ ਕੁਆਲੀਫਾਈ ਕਰਨ ਦੇ ਬਾਵਜੂਦ ਵੀ ਜੇਕਰ ਮੈਟ ਕਿੰਨੀ ਵੀ ਡਾਊਨ ਜਾਂਦੀ ਹੈ ਤਾਂ ਉਹਨਾਂ ਦੇ ਨੰਬਰ ਮਸਾਂ ਹੀ ਕੋਈ 70 80 ਨੰਬਰ ਹੋਣਗੇ 200 ਦੇ ਵਿੱਚੋਂ ਜਿਨ੍ਹਾਂ ਨੂੰ ਲੱਗਦਾ ਸੀ ਵੀ ਅਸੀਂ ਬੇਸ਼ੱਕ ਪੰਜਾਬੀ ਦਾ ਆਈ ਪੇਪਰ ਦੇ ਵੀ ਲਈਏ ਪਰ ਸਾਡੇ ਜਿਹੜਾ ਨੰਬਰ ਆ ਫਿਰ ਵੀ ਨਹੀਂ ਆਉਣਾ ਮੈਟ ਦੇ ਵਿੱਚ ਤਾਂ ਇਹ ਇਹ ਉਹ 4600 ਬੰਦਾ ਹੋ ਸਕਦਾ ਹੈ ਕਿਉਂਕਿ ਤੁਹਾਡੇ ਵੀ ਸਰਕਲ ਦੇ ਵਿੱਚ ਬਹੁਤ ਇਦਾਂ ਦੇ ਹੋਣਗੇ ਜਿਨ੍ਹਾਂ ਦੇ ਨੰਬਰ ਕਾਫੀ ਜ਼ਿਆਦਾ ਘੱਟ ਹੋਣਗੇ ਤਾਂ ਉਹਨਾਂ ਨੇ ਲੱਗਿਆ ਵੀ ਆਪਾਂ ਨੂੰ ਵੀ ਪੇਪਰ ਦੇਣ ਦੀ ਕੋਈ ਬਹੁਤੀ ਲੋੜ ਨਹੀਂ ਹੈਗੀ ਤਾਂ ਇਹ ਉਹ 4600 ਬੰਦਾ ਹੈ ਜਿਨ੍ਹਾਂ ਦੇ ਨੰਬਰ ਘੱਟ ਹੋਏਗੇ ਨੇ ਜਿਨ੍ਹਾਂ ਨੇ ਇਸ ਕਰਕੇ ਪੇਪਰ ਨਹੀਂ ਨਹੀਂ ਦਿੱਤਾ ਕਿ ਸਾਡਾ ਜਿਹੜਾ ਨੰਬਰ ਹੈ ਉਹ ਨਹੀਂ ਆਉਣਾ ਬਾਕੀ ਜਿਹੜੇ ਸਾਥੀਆਂ ਨੇ 15000 ਨੇ ਪੇਪਰ ਦਿੱਤਾ ਤਾਂ ਉਹਨਾਂ ਦੇ ਵਿੱਚ ਮੁਕਾਬਲਾ ਕਿਤੇ ਨਾ ਕਿਤੇ ਹੈਗਾ ਉਹਨਾਂ ਨੂੰ ਲੱਗਦਾ ਵੀ ਹੋ ਸਕਦਾ ਪੇਪਰ ਇਹ ਕੁਆਲੀਫਾਈ ਕਰਨ ਤੋਂ ਬਾਅਦ ਕੀ ਪਤਾ ਮੈਰਿਟ ਕਿੰਨੀ ਕਾਟਾਊਨ ਜਾਊਗੀ ਕਿਉਂਕਿ ਤੁਹਾਨੂੰ ਇਹ ਵੀ ਪਤਾ ਹੈ ਕਿ 2364 ਭਰਤੀ ਜਿਹੜੀ ਉਹ ਵੀ ਕੰਪਲੀਟ ਹੋਣ ਜਾ ਰਹੀ ਹੈ 2364 ਮੰਦਾ ਉਧਰ ਵੀ ਸਿਲੈਕਟ ਹੋਊਗਾ ਤਾਂ ਹੋ ਸਕਦਾ 5994 ਦੇ ਵਿੱਚ ਉਹ 2364 ਵਾਲੇ ਵੀ ਹੋਣ ਤਾਂ ਜਦੋਂ ਇਹਨਾਂ ਦੇ ਵਿੱਚੋਂ ਜਿਹੜਾ ਉਧਰ ਮਰਜ ਹੋਣਗੇ ਸਟੂਡੈਂਟ ਆ ਤੇ 5994ਲੇ 2364 ਵਿੱਚ ਸਿਲੈਕਟ ਹੋ ਕੇ ਜਾਣਗੇ ਕਿਉਂਕਿ 2364 ਪਹਿਲਾਂ ਪੂਰੀ ਹੋਊਗੀ ਤਾਂ ਹੋ ਸਕਦਾ ਹੈ ਮੈਰਿਟੇ ਦੀ ਕਾਫੀ ਡਾਊਨ ਜਾਵੇ ਤਾਂ ਇਸ ਕਰਕੇ ਜਿਹੜਾ ਕੁੱਲ 15000 ਬੰਦੇ ਨੇ ਇਸੇ ਉਮੀਦ ਤੇ ਪੇਪਰ ਦਿੱਤਾ ਸਪੋਜ਼ ਕਰੋ ਪਿਛਲਾ ਜਿਹੜਾ 8-9000 ਬੰਦਾ ਕਿਉਂਕਿ 9594 ਤਾਂ ਸਿਲੈਕਟ ਹੋਣਗੇ ਹੀ ਹੋਣਗੇ ਤਾਂ ਉਸ ਤੋਂ ਬਾਅਦ ਜਿਹੜੇ 9000 ਬੰਦਾ ਬਚਦਾ ਹੈ ਤਾਂ ਮੈਟ ਜਿਹੜੀ ਡਾਊਨ ਜਾਊਗੀ ਹੀ ਜਾਊਗੀ ਆਪਾਂ ਨੂੰ ਵੀ ਪਤਾ ਹੈ 2364 ਭਰਤੀ ਪੂਰੀ ਹੋਣ ਤੋਂ ਬਾਅਦ ਇਸ ਕਰਕੇ ਮੈਟ ਜੇਕਰ ਡਾਊਨ ਜਾਂਦੀ ਹੈ ਤਾਂ ਉਹਨਾਂ ਨੂੰ ਫਾਇਦਾ ਹੋਊਗਾ ਕਿਉਂਕਿ ਉਹਨਾਂ ਨੇ ਇਸੇ ਉਮੀਦ ਤੇ ਪੇਪਰ ਦਿੱਤਾਗਾ ਤਾਂ ਇਹ ਸੀ ਕਿ ਜਿਹੜੀ ਅਪਡੇਟ ਵੀ 4600 ਜਿਹੜਾ ਬੰਦਾ ਜਿਨ੍ਹਾਂ ਨੇ ਪੇਪਰ ਨਹੀਂ ਦਿੱਤਾ ਉਹ ਘੱਟ ਨੰਬਰਾਂ ਵਾਲੇ ਨੇ ਕਿਤੇ ਤੁਸੀਂ ਇਹ ਸੋਚੋ ਵੀ ਹਾਂ ਉਹਨਾਂ ਨੇ ਪੇਪਰ ਕਿਉਂ ਨਹੀਂ ਦਿੱਤਾ ਜਾਂ ਕੀ ਕਾਰਨ ਹੋ ਸਕਦੇ ਆ ਕਿਉਂਕਿ ਉਹਨਾਂ ਨੂੰ ਪਤਾ ਪੇਪਰ ਦੇਣ ਦੇ ਬਾਵਜੂਦ ਵੀ ਉਹਨਾਂ ਦਾ ਨੰਬਰ ਆ ਜਿਹੜਾ ਭਰਤੀ ਦੇ ਵਿੱਚ ਨਹੀਂ ਆਉਣਾ ਬਾਕੀ ਤੁਸੀਂ ਚੈਨਲ ਤੇ ਬਣੇ ਰਹੋ ਤੇ ਆਪਣੇ ਕਮੈਂਟ ਬਾਕਸ ਦੇ ਵਿੱਚ ਨੰਬਰ ਜ਼ਰੂਰ ਕਮੈਂਟ ਕਰ ਦਿਓ ਤਾਂ ਕਿ ਬਹੁਤ ਜਲਦ ਆਪਾਂ ਕੱਟਆਫ ਦੀ ਵੀਡੀਓ ਪਾਵਾਂਗੇ ਕਿ ਹੁਣ ਪੰਜਾਬੀ ਦਾ ਪੇਪਰ ਹੋਣ ਤੋਂ ਬਾਅਦ ਕਟਾਫਾ ਜਿਹੜੀ ਆਪਾਂ ਡਾਊਨ ਕਿੰਨੀ ਕ ਜਾ ਸਕਦੀ ਆ ਥੈਂਕ ਯੂ ਸੋ ਮਚ